ਰਿਹਾ। ਅੱਜ 6:15 ਵਜੇ ਅੰਮ੍ਰਿਤਪਾਲ PA ਰਾਣਾ ਸੋਢੀ ਦਾ ਮੇਰੇ ਕੋਲ ਫੋਨ ਆਇਆ ਕਿ ਮੈਨੂੰ ਧਮਕੀਆਂ ਦਿੱਤੀਆਂ। ਕੀ ਪੂਰਾ ਮਾਮਲਾ ਹੋਇਆ ਜੀ ਅਤੇ ਕਿਹਨੇ ਤੁਹਾਨੂੰ ਹਿੱਟ ਕੀਤਾ ਔਰ ਤੁਸੀਂ ਕੀ BJP ਦੇ ਕੀ ਹੈ? ਮੈਂ ਦੀਪਕ ਵਰਮਾ, ਮੇਰਾ ਨਾਮ ਹੈ, ਐਕਸ ਪ੍ਰੈਜੀਡੈਂਟ BJP ਮੈਂ ਹੈਗਾ ਅਤੇ ਅੱਜ 40 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰ ਰਿਹਾ, ਪਾਰਟੀ ਨਾਲ ਖੜ੍ਹਾ ਪੂਰਾ ਪਰਿਵਾਰ ਮੇਰਾ ਅੱਜ ਤੱਕ ਪਾਰਟੀ ਦੀ ਸੇਵਾ ਕਰਦਾ ਰਿਹਾ। ਅੱਜ 6:15 ਵਜੇ ਅੰਮ੍ਰਿਤਪਾਲ PA ਰਾਣਾ ਸੋਢੀ ਦਾ ਮੇਰੇ ਕੋਲ ਫੋਨ ਆਇਆ ਅਤੇ ਮੈਨੂੰ ਧਮਕੀਆਂ ਦਿੱਤੀਆਂ ਅਤੇ ਕਹਿੰਦੇ ਤੁਸੀਂ ਪਾਰਟੀ ਦੇ ਵਰਖਿਲਾਫ਼ ਗੱਲ ਕੰਮ ਕੀਤਾ। ਮੈਂ ਕਿਹਾ ਮੈਂ ਬਿਲਕੁਲ ਪਾਰਟੀ ਦੇ ਨਾਲ ਖੜ੍ਹਾ ਅਤੇ ਪਾਰਟੀ ਦੇ ਨਾਲ ਹੀ ਕੰਮ ਕੀਤਾ। ਉਸ ਤੋਂ ਬਾਅਦ 8:05 ਤੋਂ ਮੈਂ ਮੰਦਰੋਂ ਆ ਰਿਹਾ ਸੀ, ਬੇਟੀ ਮੇਰੇ ਨਾਲ ਸੀ ਮੇਰੀ, ਉਹ ਮੈਂ ਘਰ ਦੇ ਅੰਦਰ ਮੋਟਰਸਾਈਕਲ ਲਾਇਆ ਅਤੇ ਮੇਰੇ ਘਰ ਦੇ ਅੰਦਰ ਹੀ ਵੜ ਗਏ, ਬੇਟੀ ਨੂੰ ਧੱਕਾ ਮਾਰਿਆ ਅਤੇ ਮੇਰੇ ਚਪੇੜਾਂ 'ਤੇ ਘੁਸਣ ਮਾਰਨ ਲੱਗ ਪਏ। 4 ਬੰਦੇ ਤਾਂ ਇਹ ਸੀਗੇ, ਅੰਮ੍ਰਿਤਪਾਲ ਸੀਗਾ ਅਤੇ 3 ਬੰਦੇ ਉਹ ਨਾਮ ਉਹਨਾਂ ਲਿਖਾਇਆ ਦਰਖਾਸਤ ਦੇ ਵਿੱਚ, ਇਹ ਮਾਰਨ ਲੱਗ ਪਏ। ਰਾਣਾ ਅੰਮ੍ਰਿਤਪਾਲ ਕਹਿੰਦਾ ਕੁੱਟੋ ਇਹਨੂੰ ਫੜ ਕੇ। ਉਸ ਤੋਂ ਬਾਅਦ ਜਦੋਂ ਪਾਰਟੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਮੇਰੇ ਘਰ ਆ ਗਏ, ਪਾਰਟੀ ਵਰਕਰ ਘਰ ਆ ਕੇ ਥੱਲੇ ਆਏ ਅਤੇ ਬਜਾਜ ਸਾਹਿਬ ਦਵਿੰਦਰ ਬਜਾਜ ਜੀ ਐਕਸ ਜ਼ਿਲ੍ਹਾ ਪ੍ਰਧਾਨ, ਉਹਨਾਂ ਦੀ ਵੀ ਗੱਲ ਪੈ ਗਏ, ਸਾਰਿਆਂ ਨੂੰ ਗਾਲਾਂ ਕੱਢੀਆਂ ਅਤੇ ਮੈਨੂੰ ਜਾਨੋਂ ਮਾਰਨ ਦੀ ਇਹਨੇ ਧਮਕੀ ਦਿੱਤੀ। ਅੰਮ੍ਰਿਤਪਾਲ ਨੇ ਇੱਕ ਬਖਸ਼ਿਸ਼ ਹੈਗਾ ਕਿੰਨਾ 4 ਦਿਨ ਨਾਮ ਦਰਖਾਸਤ ਦਿੱਤਾ ਉਹਨਾਂ ਦਾ ਨਾਮ, ਉਹਨਾਂ ਨੇ ਗਾਲਾਂ ਕੱਢੀਆਂ ਅਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਕਿ ਫਿਰ ਇਹਨਾਂ ਨੇ ਇੱਕ ਬੰਦੇ ਨੇ ਕਿਹਾ ਪਿਸਤੌਲ ਕੱਢ ਕੇ ਲਿਆ, ਕਹਿੰਦਾ ਹੁਣੇ ਹੀ ਠੋਕ ਦਿੰਦੇ ਇਹਨਾਂ ਨੂੰ, ਉਹ ਗੱਡੀ 'ਚ ਪਿਸਤੌਲ ਕੱਢਣ ਲੱਗਿਆ। ਇੰਨੀ ਦੇਰ 'ਚ ਇੱਕ ਬੰਦਾ ਟੋਪੀ ਵਾਲਾ ਸੀਗਾ, ਬੇਦੀ ਸੀਗਾ ਕੋਈ, ਉਹਨੇ ਇਹਨਾਂ ਨੂੰ ਰੋਕਿਆ, ਪਿਸਤੌਲਾਂ ਇਹਨਾਂ ਕੋਲ ਸੀ, ਅਸਲਾ ਇਹਨਾਂ ਕੋਲ ਸੀਗਾ। ਇਹ 8:15 ਵਜੇ ਤਾਂ 15 ਬੰਦੇ ਸੀਗੇ, ਉਸ ਤੋਂ ਬਾਅਦ 7-8 ਬੰਦੇ ਜਿਹੜੇ ਨਾ 8:30 ਵਜੇ ਫਿਰ ਮੇਰੇ ਘਰ ਦੇ ਅੰਦਰ ਜਾ ਕੇ ਗੱਲ ਪਏ। ਕੀ ਵਜ੍ਹਾ ਰੰਜਿਸ਼ ਕੀ ਰਹੀ? ਕੋਈ ਵਜ੍ਹਾ ਰੰਜਿਸ਼ ਨਹੀਂ ਜੀ, ਕੁਝ ਵੀ ਨਹੀਂ ਵਜ੍ਹਾ ਰੰਜਿਸ਼, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਚੋਣਾਂ ਨੂੰ ਲੈ ਕੇ ਕੋਈ? ਹਾਂ, ਚੋਣਾਂ ਦੇ ਲੋਨ ਕਰਕੇ ਕਹਿੰਦੇ ਤੁਸੀਂ ਰਾਣਾ ਸੋਢੀ ਦੀ ਮਦਦ ਨਹੀਂ ਕੀਤੀ। ਮੈਂ ਗੱਲ ਕਹੀ, ਮੈਂ ਕਿਹਾ ਰਾਣਾ ਸੋਢੀ ਜੀ ਦੀ ਮਦਦ ਸਾਰੀ ਪਾਰਟੀ ਨੇ ਕੀਤੀ ਹੈ, ਮੈਂ ਵੀ ਕੀਤੀ ਹੈ। ਮੈਂ ਹਾਰਟ ਦਾ ਪ੍ਰੋਬਲਮ ਹੈ ਕਿ ਮੈਨੂੰ ਬਲੋਕੇਜ ਆਈ, ਮੈਂ ਇਸ ਕਰਕੇ ਜ਼ਿਆਦਾ ਭੱਜਾ ਦੌੜੀ ਨਹੀਂ ਕੀਤੀ, ਸਦਾ ਮੈਂ ਆਪਣਾ ਬੂਥ ਸੰਭਾਲਦਾ ਰਿਹਾ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਡਾਊਨ ਗਏ, ਗੁਰੂ ਸਾਹਿਬ ਡਾਊਨ ਗਏ, ਗੁਰੂ ਸਾਹਿਬ ਨੂੰ ਦੇਖੋ ਨਾ ਤੁਸੀਂ, ਅਤੇ ਆ ਕੇ ਮੇਰੇ ਗੱਲ ਪੈ ਗਏ ਅਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਹਨਾਂ ਨੇ ਕਿਹਾ ਹੁਣ ਚੱਲੇ ਦੁਬਾਰਾ, ਫਿਰ ਤੈਨੂੰ ਕੁੱਟਾਂਗੇ, ਧਮਕੇ ਤੈਨੂੰ ਦੇਵਾਂਗੇ। ਮੈਨੂੰ ਵੀ ਦਿੱਤੀਆਂ ਸਾਰੇ ਬੰਦੇ, ਪਾਰਟੀ ਦੇ ਬੰਦੇ ਸੀਗੇ, ਉਹਨਾਂ ਨੂੰ ਧਮਕੀਆਂ ਦੇ ਕੇ ਗਏ ਨੇ। ਹੁਣ ਪਾਰਟੀ ਦੇ ਕਿਹੜੇ ਅਹੁਦੇਦਾਰ ਇੱਥੇ ਆਏ ਨੇ ਅਤੇ ਕੀ ਕਾਰਵਾਈ ਕੀ ਕਰ? ਹੁਣ ਇੱਥੇ ਅਸ਼ਨੀ ਗਰੋਵਰ ਜੀ ਨੇ, ਐਕਸ ਕਮੇਟੀ ਘਰ ਪ੍ਰੈਜੀਡੈਂਟ, ਦਵਿੰਦਰ ਕਪੂਰ ਜੀ ਐਕਸ ਕਮੇਟੀ ਪ੍ਰੈਜੀਡੈਂਟ, ਸੁਰਿੰਦਰ ਸਿੰਘ ਬੱਗੇ ਪਿੱਪਲ ਐਕਸ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਨੇ, ਅਨਿਲ ਸ਼ਰਮਾ ਜੀ ਨੇ, ਹੀਰਾ ਪੁੱਗਲ ਜੀ ਨੂੰ ਇਹਨਾਂ ਨੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ, ਸਾਰੇ ਸਭ ਨੇ ਗਾਲਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ ਨੇ। ਅਤੇ ਬਾਕੀ ਸਾਰੀ ਜਿਹੜਾ ਆਪਣਾ ਮੰਡਲ ਪ੍ਰਧਾਨ ਦਵਿੰਦਰ ਨਾਰੰਗ ਜੀ ਨੇ, ਜਨਰਲ ਸੈਕਟਰੀ ਜ਼ਿਲ੍ਹੇ ਮੰਡਲ ਦੇ ਨਵਨੀਤ ਸ਼ਰਮਾ ਜੀ ਨੇ, ਇਹ ਦੀਪਕ ਵਰਮਾ ਜੀ ਨੇ, ਇਹਨਾਂ ਨਾਮ ਵੀ ਦੀਪਕ ਵਰਮਾ, ਮੋਨੂ ਜੀ ਨੇ, ਅੱਛਾ ਗਗਨ ਕੱਕੜ ਜੀ ਨੇ, ਬਲਦੇਵ ਜੀ ਨੇ, RSS ਦੇ ਬੰਦੇ ਸਾਰੇ ਇੱਥੇ ਆਏ ਆ, ਸਾਰਿਆਂ ਨੇ ਇੱਥੇ ਪਹੁੰਚ ਕੇ। ਮੈਂ ਤਾਂ ਇਹੋ ਕਹਿੰਦਾ ਮੇਰੀ ਜਾਨ ਬਚਾਓ, ਮੈਨੂੰ ਇਹਨਾਂ ਤੋਂ ਖਤਰਾ ਜਾਣ ਤੋਂ। ਉਹ BJP ਉਹਨਾਂ ਨੇ ਜੁਆਇਨ ਕੀਤੀ ਹੈ ਔਰ ਤੁਹਾਨੂੰ BJP ਵਾਲਿਆਂ ਨੂੰ ਹੀ ਉਹ ਮਾਰ ਰਹੇ ਨੇ, ਐਸਾ ਕਿਉਂ? ਇਹ ਤਾਂ ਉਹੀ ਦੱਸ ਸਕਦੇ ਜੀ ਕਿ ਉਹਨਾਂ ਨੇ ਕਦ ਵਾਸਤੇ ਕੀਤਾ। BJP ਦੇ ਮੈਂ ਵੀ BJP 'ਚ 40 ਸਾਲ ਗੁਜ਼ਾਰੇ ਆ, ਤਾਂ ਹੁਣ BJP 'ਚ ਆਏ 2 ਸਾਲ ਹੋਏ, 3 ਸਾਲ ਹੋਏ ਇਹਨਾਂ ਨੂੰ ਆਏ ਨੂੰ, ਮੈਂ ਸਾਰੀ ਜ਼ਿੰਦਗੀ BJP 'ਚ ਹੀ ਗੁਜ਼ਾਰੀ ਹੈ ਅਤੇ ਮਰਾਂਗਾ ਵੀ BJP ਦੇ ਵਿੱਚ। ਇਹ ਇਹਨਾਂ ਨੂੰ ਪਤਾ ਹੋਏਗਾ ਦਾਰੂ ਨਾਲ ਰੱਜੇ ਹੋਏ ਸੀਗੇ, ਮਾਂ ਪੈਂਦੀ ਹੈ, ਗਾਲਾਂ ਕੱਢਦੇ ਸੀਗੇ। ਰਾਣਾ ਸੋਢੀ ਦੀ ਨੌਲੇਜ 'ਚ ਲਿਆਂਦਾ ਤੁਸੀਂ? ਰਾਣਾ ਸੋਢੀ ਦੀ ਨੌਲੇਜ ਲਿਆਂਦਾ ਸੀਗਾ ਦਵਿੰਦਰ ਕਪੂਰ ਬਜਾਜ ਜੀ ਨੇ। ਰਾਣਾ ਸੋਢੀ ਜੀ ਕਹਿੰਦੇ ਮੈਂ ਪਰਸੋਂ ਤੁਹਾਡਾ ਮਸਲਾ ਹੱਲ ਕਰਾ ਦਾਂਗਾ, ਉਸ ਤੋਂ ਅੱਧੇ ਘੰਟੇ ਬਾਅਦ ਫਿਰ ਆ ਕੇ ਸਾਡੇ ਗੱਲ ਪੈ ਗਏ।
ਉਹਨਾਂ ਮੈਨੂੰ ਇਹ ਕਹਿੰਦੇ ਵੀ ਤੂੰ ਮਕਾਨ ਛੱਡ ਕੇ ਚਲਾ, ਤੈਨੂੰ ਜਿੰਦਾ ਨਹੀਂ ਛੱਡਣਾ। ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ? ਮੈਂ ਕਹਿੰਦਾ ਸਖ਼ਤ ਤੋਂ ਸਖ਼ਤ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਜੀ। ਅੱਜ ਇਹਨਾਂ ਨੇ ਇੱਕ ਇਹ ਵੀ ਗੱਲ ਕਹੀ ਹੈ ਵੀ ਇੱਕ ਨੂੰ ਅਸੀਂ ਜਿੱਠਾਂਗੇ, ਬੀਜੇਪੀ ਦੇ ਵਰਕਰ ਨੂੰ ਇੱਕ ਨੂੰ ਨਹੀਂ ਜਿੱਠਾਂਗੇ। ਅੱਜ ਮੇਰੇ 'ਤੇ ਹੋਈ, ਕੱਲ੍ਹ ਨੂੰ ਕਿਸੇ ਹੋਰ 'ਤੇ ਹੋਏਗੀ। ਪੁਲਿਸ ਕੀ ਕਹਿੰਦੀ ਹੈ? ਪੁਲਿਸ ਨੂੰ ਅੱਜ ਦਰਖਾਸਤ ਦਿੱਤੀ ਹੈ ਜੀ, ਇਹ ਕਹਿੰਦੇ ਸਾਨੂੰ ਤਾਂ ਬੰਦੇ ਮਿਲੇ ਨਹੀਂ। ਕੋਈ ਕਾਰਵਾਈ ਦਾ ਆਸ਼ਵਾਸਨ ਦਿੰਦੀ ਪੁਲਿਸ? ਕਹਿੰਦੇ ਕਾਰਵਾਈ ਦਾ ਆਸ਼ਵਾਸਨ ਸੱਚੂ ਸਾਹਿਬ ਕਹਿ ਰਹੇ ਨੇ, ਇੰਸਪੈਕਟਰ ਸਾਹਿਬ ਕਹਿੰਦੇ ਕਾਰਵਾਈ ਕਰਾਂਗੇ, ਪਰ ਲੱਗਦਾ ਨਹੀਂ ਹੈ ਜੇ ਕਾਰਵਾਈ ਕਰਨੀ ਹੋਵੇ ਤਾਂ ਘਰੋਂ ਚੱਕ ਕੇ ਲਿਆ ਸਕਦੇ ਨੇ। ਥਾਣੇ ਦੇ ਬਾਹਰ ਹੋ ਕੇ ਖੜਾ ਹੋ ਕੇ ਚਲਾ ਗਿਆ ਜੀ ਇਹਨਾਂ ਦੀ ਰਿਕਵਰ, ਜਿਹੜਾ CCTV ਕੈਮਰਾ ਉਹਦੀ ਰਿਕਾਰਡਿੰਗ ਦੀ ਜਗ੍ਹਾ। ਥਾਣੇ ਦੇ ਬਾਹਰ ਅੰਮ੍ਰਿਤਪਾਲ ਆਇਆ, ਗੱਡੀ ਖੜੀ ਕਰਕੇ ਫਿਰ ਗਿਆ ਜੀ। ਕੀ ਲੱਗਦਾ ਕਿ ਉਹ ਨਵੇਂ ਬੀਜੇਪੀ 'ਚ ਆਏ ਨੇ, ਤੁਸੀਂ ਇੰਨੇ ਸਾਲ ਤੋਂ ਟਕਸਾਲੀ ਬੀਜੇਪੀ ਵਰਕਰ ਹੈਗੇ ਹੋ, ਕਿ ਉਹ ਤੁਹਾਡੇ 'ਤੇ ਜ਼ਿਆਦਾ ਹੈਵੀ ਹੋ ਰਹੇ ਨੇ ਜਾਂ ਉਹਨਾਂ ਨੂੰ ਜ਼ਿਆਦਾ ਉਸ ਚੀਜ਼ ਦੀ? ਨਹੀਂ ਜੀ, ਹੈਵੀ ਤਾਂ ਕਾਹਦਾ ਹੋਣਾ ਜੀ, ਅਸੀਂ ਆਪਣੇ ਪਾਰਟੀ ਦਾ ਕੰਮ ਸ਼ੁਰੂ ਕਰਦੇ ਰਹੇ, ਨਰਿੰਦਰ ਮੋਦੀ ਨਾਲ ਖੜੇ ਹਾਂ, ਪਾਰਟੀ ਦੇ ਨਾਲ ਕੰਮ ਕਰ ਰਹੇ ਹਾਂ। ਇਹ ਤਾਂ ਪਾਰਟੀ 'ਚ ਆਉਂਦੇ ਜਾਂਦੇ ਰਹਿੰਦੇ ਨੇ ਬੰਦੇ, ਤਾਂ ਇਹਨਾਂ ਦਾ ਪਤਾ ਤਾਂ ਨਹੀਂ ਲੱਗਦਾ। ਅੱਜ ਕੱਲ੍ਹ ਨੂੰ ਕਾਂਗਰਸ 'ਚ ਆਏ, ਅੱਜ ਕੱਲ੍ਹ ਕੱਲ੍ਹ ਨੂੰ ਕਿੱਥੇ ਜਾਣਾ ਇਹਨਾਂ ਨੇ, ਇਹ ਤਾਂ ਜਾਂਦੇ ਨੇ, ਕਿੱਥੇ ਵੀ ਚਲੇ ਜਾਂਦੇ।